ਲੈ ਵੀ ਪੰਜਾਬ ਦੇ ਲੋਕੋ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਮੇਰੇ ਖਿਆਲ ਦੇ ਵਿੱਚ ਤਾਂ ਸੱਚੇ ਪਾਤਸ਼ਾਹ ਦੀ ਥਾਂ ਤੇ ਇਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਾਣੇ ਰਾਤ ਦੇ 12 ਵਜੇ 5 ਮਿੰਟ ਹੋ ਚੁੱਕੇ ਆ ਮੈਂ ਪਹਿਲਾਂ ਲੋਕਾਂ ਨੂੰ ਵਿਖਾ ਦੇਵਾਂ ਕਿ ਆ ਕੱਟ ਕਿਵੇਂ ਲੱਗ ਰਿਹਾ ਬਿਜਲੀ ਦੀ ਆ ਰਹੇ ਵੀਜੀ ਇਹ ਆ ਪਹਿਲਾਂ 9 ਵਜੇ 15 ਮਿੰਟ ਤੱਕ ਪਾਵਰ ਕੱਟ ਸੀਗਾ ਬਾਅਦ ਦੇ ਵਿੱਚ ਜਿਹੜਾ ਪਾਵਰ ਕੱਟ ਵੱਧ ਗਿਆ 10 ਵਜੇ ਤੱਕ ਫਿਰ ਕਹਿੰਦੇ 11 ਵਜੇ ਤੱਕ ਪਾਵਰ ਕੱਟ ਵੱਧ ਗਿਆ 11 ਵਜੇ ਪੂਰੇ 11 ਕਵਜੇ ਲਾਈਟ ਆ ਗਈ ਸੀ 1 ਘੰਟਾ ਇਹਨਾਂ ਨੇ ਚਲਾਈ 12 ਵਜ ਚੁੱਕੇ ਆ ਹੁਣ ਮੈਂ ਫੋਨ ਲਾਇਆ ਉਹਨਾਂ ਨੂੰ ਹੁਣ ਕਹਿੰਦੇ ਆ ਭਾਈ ਸਾਹਿਬ ਜਿਹੜੀ ਲਾਈਟ ਆ ਉਹ ਰਾਤ ਦੇ 2 ਵਜੇ ਤੱਕ ਦਾ ਕੱਟ ਲੱਗਿਆ ਪਹਿਲਾਂ 9 ਵਜੇ ਕੇ 15 ਮਿੰਟ ਤੱਕ ਦਾ ਸੀ ਫਿਰ ਉਦੋਂ ਕੱਟ ਵਧਿਆ ਤਾਂ 10 ਵਜੇ ਤੱਕ ਦਾ ਹੋ ਗਿਆ ਫਿਰ 11 ਵਜੇ ਤੱਕ ਦਾ ਹੋ ਗਿਆ ਕੱਟ 11 ਵਜ ਤੋਂ ਬਾਅਦ 1 ਘੰਟਾ ਲਾਈਟ ਆਈ ਆ ਇੱਕ ਘੰਟੇ ਦੇ ਵਿੱਚ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਕੋਈ ਕੋਲਾ-ਕੂਲਾ ਪਾ ਰਹੀ ਹੋਣੇ ਆ ਵੀ ਲਾਈਟ ਬਣਾਉਣ ਵਾਸਤੇ ਜਾਂ ਤਾਂ ਉਹ ਸੌਂਗੇ ਹੋਣੇ ਆ ਜਾਂ ਸੌਣ ਤੋਂ ਬਾਅਦ ਹੋ ਸਕਦਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਆਪਣੇ ਜਿਹੜੇ ਪਟਿਆਲੇ ਵਾਲੇ ਆ ਵੀ ਭਗਵਾਨ ਤਮਨ ਤਾਂ ਸੁੱਤਾ ਰਹਿੰਦਾ ਰਾਤ ਨੂੰ ਤੇ ਇਹਨੂੰ ਕਿਹੜਾ ਲੋਕਾਂ ਦੀ ਪ੍ਰਵਾਹ ਲਾਈਟ ਜਾਵੇ ਜਾਵੇ ਇਹਨੂੰ ਇਹਨੂੰ ਕੀ ਚਾਹੀਦਾ ਕਿਸੇ ਨੂੰ ਜਿਵੇਂ ਕਹਿੰਦੇ ਹੁੰਦੇ ਸੁਥਰਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸਾ ਪੀਵੇ ਕੰਮ ਤਾਂ ਸਾਡਾ ਹੋਇਆ ਪਿਆ ਹੁਣ ਰਾਤ ਦੇ 2 ਵਜੇ ਤੱਕ ਜਿਹੜਾ ਕੱਟ ਲੱਗਿਆ ਪਿਆ ਯਾਰ ਕੀ ਬਣੂਗਾ ਲੋਕਾਂ ਦਾ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਪਾਸੇ ਕਈਆਂ ਨੇ ਡੇਂਗੂ ਬੁਖਾਰ ਨਾ ਹੋ ਜੇ ਦੂਜੇ ਪਾਸੇ ਮੱਛਰ ਜਿਹੜਾ ਕਹ ਲੋ ਮੱਛਰ ਲਾ ਲੜ ਕੇ ਲੋਕਾਂ ਨੂੰ ਬੁਖਾਰ ਚੜਨੇ ਆ ਬਿਮਾਰੀਆਂ ਲੱਗਣੀਆਂ ਕੀ ਗੱਲ ਬਈ ਇਹ ਡਾਕਟਰਾਂ ਨਾਲ ਕਮਿਸ਼ਨ ਹੋ ਗਿਆ ਤੁਹਾਡਾ ਮੈਂ ਹੁਣ ਇਹ ਕਹਿ ਰਿਹਾ ਕਿ ਮੈਨੂੰ ਦੱਸੋ ਤੁਸੀਂ ਪੰਜਾਬ ਦੇ ਲੋਕੋ ਮੂੰਹ ਚੱਕ ਕੇ ਤੁਸੀਂ ਉਦੋਂ 300 ਯੂਨਟਾਂ ਦੀਆਂ ਗੱਲਾਂ ਕਰਦੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀਗਾ ਕੇ ਭਾਈ ਸਾਹਿਬ ਇਹ ਫਰੀਦੀਆਂ ਤੁਸੀਂ ਲollipops ਨਾ ਚੂਪੋ ਨਾ ਚੂਪੋ ਫਰੀ ਦੇ ਲollipops ਪਰ ਨਹੀਂ ਤੁਸੀਂ ਰਪੀਅਰ ਰਪੀਅਲੇ ਲollipopsਾਂ ਨੂੰ ਤੁਸੀਂ ਕਹਿੰਦੇ ਨਹੀਂ ਇਹ ਖੱਟਾ ਉਹ ਮਿੱਠਾ ਹੈ ਖੱਟਾ ਹੈ ਮਿੱਠਾ ਕੰਮ ਤੁਹਾਡੇ ਚੱਲਦਾ ਰਿਹਾ ਹੁਣ ਅੱਜ ਲਗਭਗ ਤਿੰਨ ਤੋਂ ਚਾਰ ਦਿਨ ਹੋ ਗਏ ਸਾਨੂੰ ਆ ਖਰਾਬ ਕੀਤਾ ਜਾ ਰਿਹਾ ਇਹ ਕੀ ਗੱਲ ਇਹ ਮੱਛਰਾਂ ਦਾ ਐਕਸਪੈਰੀਮੈਂਟ ਕੀਤਾ ਜਾ ਰਿਹਾ ਸਾਡੇ ਤੇ ਵੀ ਵੇਖਦੇ ਆ ਕਿੰਨੀਆਂ ਕਿ ਬਿਮਾਰੀਆਂ ਲੱਗਦੀਆਂ ਮੱਛਰ ਮੈਂ ਇਥੇਰ ਭਗਵਾਨ ਤਮਨ ਨੂੰ ਕਹਿਣਾ ਕੀ ਜੇਕਰ ਤੁਹਾਡੇ ਕੋਲ ਕੋਲੇ ਦੀ ਕਮੀ ਕਰਕੇ ਕੱਟ ਲੱਗ ਰਹੇ ਆ ਜਾਂ ਤੁਸੀਂ ਮੈਨੂੰ ਇਹ ਦੱਸੋ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਇਹ ਗੱਲ ਕੀਤੀ ਸੀਗੀ ਹੋ ਸਕਦਾ ਮੇਰੇ ਕੋਲ ਕਲਿੱਪ ਪਈ ਹੋਵੇ ਕਿ ਇਸ ਟਾਈਮ ਕੋਲਾ-ਕੂਲਾ ਵਾਧੂ ਪਿਆ ਐ ਹੋਜੂਗਾ ਤੇ ਆ ਹੋਜੂਗਾ ਅੱਗੇ ਤੁਸੀਂ ਕਾਲੀ ਤੇ ਕਾਂਗਰਸੀਆਂ ਤੇ ਗੱਲਾਂ ਕਰਦੇ ਸੀ ਹੁਣ ਕਿਹਦੇ ਤੇ ਗੱਲਾਂ ਕਰਾਂਗਾ ਮੈਨੂੰ ਤੁਸੀਂ ਦੱਸੋ ਪੁਰਾਣਾ ਪੰਜਾਬ ਆ ਰਿਹਾ ਮੱਖੀਆਂ ਜਿਹੜਾ ਪੱਖੀਆਂ ਝੱਲ ਲਿਆ ਕਰੋ ਜੇ ਧੂਣੀਆਂ ਚਲਾ ਲਿਆ ਕਰੋ ਜੇ ਇੱਕ ਪਾਸੇ ਧੂਣਾ ਹੋਇਆ ਕਰੂਗਾ ਦੂਜੇ ਪਾਸੇ ਆਇਆ ਕਰਕੇ ਪੱਖੀ ਝੱਲੀ ਜਾਇਆ ਕਰੋ ਜੇ ਉਹ ਹੋ ਜੂਗਾ ਉਹ ਪੁਰਾਣਾ ਪੰਜਾਬ ਭਗਵਾਨ ਤਮਨਸਿਆ ਜੇਕਰ ਕੱਟ ਲੱਗ ਰਿਹਾ ਤਾਂ ਕਿਹੜੀ ਗੱਲੋਂ ਲੱਗ ਰਿਹਾ ਮੈਨੂੰ ਇਹ ਦੱਸ ਕਿ ਲੋਕਾਂ ਨਾਲ ਕਿਹੜੀ ਗੱਲ ਦਾ ਖਿਲਵਾੜ ਹੋ ਰਿਹਾ ਲੋਕਾਂ ਦਾ ਕਸੂਰ ਦੱਸ ਕਿ ਲੋਕਾਂ ਨੇ ਤੈਨੂੰ 92 ਤਿੱਲਾ ਤੇਰੀਆਂ ਇਕੱਠੀਆਂ ਕਰਕੇ ਝਾੜੂ ਬਣਾਤਾ ਤੇਰਾ ਹੁਣ ਉਹ ਝਾੜੂ ਤੂੰ ਲੋਕਾਂ ਦੇ ਅੱਖਾਂ ਮੂੰਹ ਦੇ ਵਿੱਚ ਮਾਰ ਰਿਹਾ ਲੋਕਾਂ ਨੂੰ ਤੁਸੀਂ ਅੱਖ ਮੂੰਹ ਦੇ ਵਿੱਚ ਮਾਰ ਕੇ ਝਾੜੂ ਅੰਨੇ ਕਰ ਦੇਣਾ ਆ ਯਾਰ ਤੁਸੀਂ ਉਧਰੋਂ ਦਾ ਸਾਨੂੰ ਦਿਨੇ ਲਾਈਟ ਨਹੀਂ ਮਿਲਦੀ ਉਧਰੋਂ ਰਾਤ ਨੂੰ ਲਾਈਟ ਨਹੀਂ ਮਿਲਦੀ ਲੋਕ ਤੰਗ ਹੋਏ ਪਏ ਆ ਤੁਹਾਡੇ ਕੋਲੋਂ ਜੇਕਰ ਕੋਲੇ ਦੀ ਕਮੀ ਆ ਤਾਂ ਤੇਰੇ ਪੰਜਾਬ ਦੇ ਵਿੱਚ ਬੋਰਡ ਲੱਗਿਆ ਕਰੋੜਾਂ ਰੁਪਈਆ ਦੇ ਜ਼ੀਰੋ ਬਿਜਲੀ ਬਿੱਲ ਜ਼ੀਰੋ ਬਿੱਲ ਜ਼ੀਰੋ ਬਿੱਲ ਇਹ ਕਰੋੜਾਂ ਰੁਪਈਆ ਦੇ ਤੇਰੇ ਬੈਨਰ ਲੱਗੇ ਆ ਜੇਕਰ ਇਹੀ ਕਰੋੜਾਂ ਰੁਪਈਆ ਦਾ ਕੋਲਾ ਪੂਰਾ ਕਰ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਹਾਲ ਹੋਊਗਾ ਹੁਣ ਮੈਂ ਗੱਲ ਇੱਥੇ ਲੋਕਾਂ ਦੀ ਕਰਨ ਲੱਗਿਆ ਕੇ ਲੋਕੋ ਤੁਹਾਨੂੰ ਬਿਜਲੀ ਵੀ ਪੂਰੀ ਚਾਹੀਦੀ ਆ ਭਾਈ ਸਾਨੂੰ ਤਾਂ ਚਾਹੀਦੀ ਆ ਅਸੀਂ ਸਾਥੋਂ ਰਾਤ ਨੂੰ ਡੇਲੀ ਉੱਠ ਕੇ ਨਾ ਤਾਂ ਵੀਡੀਓ ਬਣਾਉਂਗਾ ਜਾਣਗਾ ਤੇ ਨਾ ਸਾਥੋਂ ਭਾਈ ਇੰਨਾ ਦੁਖੀ ਹੋਇਆ ਜਾਣਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਨੂੰ ਕਹਤਾ 300 ਯੂਨਟ ਫ੍ਰੀ ਤੁਸੀਂ ਮਾਰੀਆਂ ਛਾਲਾਂ ਜੇਕਰ ਇਹੀ ਯੂਨਟ ਫ੍ਰੀ ਦੀ ਥਾਂ ਤੇ ਤੁਸੀਂ ਇਹ ਕਹਿੰਦੇ ਵੀ ਰੁਪਿਆ ਰੁਪਿਆ ਯੂਨਟ ਦਾ ਕਰਦੇ ਭਗਵਾਨਤਮਾਨ ਇਹ ਕਹਿ ਦਿੰਦੇ ਕਿ ਜਿਹੜੀਆਂ ਫ੍ਰੀ ਦੀਆਂ ਯੂਨਟਾਂ ਕਹਿ ਰਹੇ ਸੀਗੇ ਤੇ ਰੁਪਿਆ ਯੂਨਟ ਕਹਿ ਦਿੰਦੇ ਵੀ ਹਾਂਜੀ ਭਾਈ ਜੀ ਰੁਪਿਆ ਯੂਨਟ ਕਰ ਦੋ ਚਾਹੇ ਉਹ ਗਰੀਬ ਆ ਵੀ ਗਰੀਬ ਦੀ ਗੱਲ ਨਹੀਂ ਮੈਂ ਇਹ ਗੱਲ ਕਹਿਣਾ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਉਹ ਜਰਨਲ ਆ ਤੇ ਜਿਹੜਾ ਲੋਕੀ ਰੁਪਿਆ ਰੁਪਿਆ ਬਿੱਲ ਭਰ ਦਿੰਦੇ 1 ਰੁਪਿਆ ਯੂਨਟ ਦਾ ਬਿੱਲ ਅਗਲਾ 1000 ਯੂਨਟ ਵੀ ਬਾਲ ਲਵੇ ਤਾਂ 1000 ਰੁਪਿਆ ਭਰਨ ਲੱਗਿਆ 2 ਮਹੀਨੇ ਦਾ ਮੇਰੇ ਖਿਆਲ ਦੇ ਵਿੱਚ ਕਿਸੇ ਦਾ ਬਾਹਰ ਕੁਝ ਕੋਈ ਦੁਖੀ ਨਹੀਂ ਹੋਣਾ ਸੀਗਾ 2 ਮਹੀਨੇ ਦਾ 1000 ਰੁਪਿਆ ਚਾਹੇ ਜਿੰਨੀ ਮਰਜ਼ੀ ਕੋਈ ਬਿਜਲੀ ਬਾਲ ਲਵੇ ਹੁਣ ਉਹ ਹੀ 1000 ਰੁਪਏ ਦੇ ਵਿੱਚ ਕੋਲੇ ਵੀ ਆ ਜਾਣੇ ਸੀ ਔਰ ਸਾਡੇ ਜਿਹੜੇ ਨੌਜਵਾਨ ਨੌਕਰੀਆਂ ਤੇ ਵੀ ਲੱਗ ਜਾਣੇ ਸੀ ਇੱਥੇ ਭਗਵੰਤ ਮਾਨ ਨੇ ਜਲੂਸ ਕੱਢ ਰੱਖਿਆ ਇਹ ਭਲਾ ਮਾਨ ਸਾਹਿਬ ਤੇ ਏਸੀ ਅੱਗੇ ਪਿਆ ਇਹਦੇ ਅਫਸਰ ਵੀ ਏਸੀ ਅੱਗੇ ਪਏ ਹੋਣਗੇ ਪਰ ਇੱਥੇ ਲੋਕਾਂ ਦੇ ਬੱਚਿਆਂ ਦੀ ਔਰ ਲੋਕਾਂ ਦੀ ਇਹ ਮੱਛਰ ਦੇ ਵਿੱਚ ਮੈਂ ਕਹਿੰਦਾ ਧੂਸ ਨਿਕਲੀ ਪਈ ਆ ਵੀ ਅਗਲਾ ਕਹਿੰਦਾ ਪੀ ਪੀ ਜਿਨੇ ਵੀ ਮੈਂ ਕਹਿੰਦਾ ਸੁਫਨੇ 'ਚ ਫਿਰਦੀ ਆ ਦੁਨੀਆ ਤਾਂ ਸੁੱਤਾ ਤਾਂ ਕਿਸੇ ਤੋਂ ਜਾਂਦਾ ਨਹੀਂਗਾ ਉਹ ਦਿਨੇ ਜਦੋਂ ਕੋਈ ਕੰਮ ਆਲਾ ਆਉਂਦਾ ਹਾਂ ਵੀ ਉੱਠਣਾ ਕਹਿੰਦਾ ਚਾਲੇ ਉੱਠਿਆ ਨਹੀਂ ਗਿਆ ਯਾਰ ਰਾਤ ਤਾਂ ਸੁੱਤੇ 2:30 ਵਜੇ ਆ ਰਾਤ ਵੀ ਇਹਨਾਂ ਨੇ ਐਵੇਂ ਕੀਤਾ 11 ਵਜੇ ਛੱਡ ਕੇ ਲੇਟ ਤੇ ਉਹ ਬੰਦ ਕਰ ਦਿੱਤੀ ਲਾਈਟ ਬੰਦ ਕੀਤੀ ਤੋਂ ਉਸ ਤੋਂ ਬਾਅਦ ਇਹਨਾਂ ਨੇ 2 ਵਜੇ ਦਾ ਕੱਟ ਕਹਿ ਕੇ ਰਾਤ ਦੇ 2:30 ਵਜੇ ਲਾਈਟ ਛੱਡੀ ਹੁਣ ਆ ਆ ਗਿਆ ਜੀ ਮੈਂ ਝੂਠ ਨਹੀਂ ਬੋਲਦਾ ਇੱਧਰ ਵੇਖੋ ਪਹਿਲੇ ਤਾਂ 11 ਵਜੇ ਦਾ ਕੱਟ ਸੀ ਹੁਣ ਫਿਰ ਇਹਨਾਂ ਨੇ 12 ਵਜੇ ਕੱਟ ਕੇ ਕਹਿੰਦੇ 2 ਵਜੇ ਤੱਕ ਪਾਵਰ ਕੱਟ यूपीएस फीडर ਮਤਲਬ ਸਾਰੇ ਨਾਲ ਚਲੋ ਲਿਖਿਆ ਤਾਂ ਸਾਰੇ ਮੇਰੇ ਹਿਸਾਬ ਦੇ ਨਾਲ ਤਾਂ ਪੰਜਾਬ 'ਚ ਹੀ ਘੱਟ ਚੱਲ ਰਹੇ ਹੋਣਗੇ ਸਾਡੀ ਭਗਵੰਤ ਮਾਨ ਨੂੰ ਇੰਨੀ ਕੁ ਬੇਨਤੀ ਆ ਕਿ ਗਲਤੀ ਹੋ ਗਈ ਤੈਨੂੰ ਵੋਟਾਂ ਪਾ ਕੇ ਪੰਜਾਬ ਦੇ ਲੋਕਾਂ ਤੋਂ ਹੋਈ ਹੈ ਮੈਥੋਂ ਤਾਂ ਨਹੀਂ ਹੋਈ ਮੇਰਾ ਵੀਰ ਨਾ ਨੱਕ ਦੀਆਂ ਲਕੀਰਾਂ ਕਢਾਤੀਆਂ ਸਵਾਦ ਆ ਗਿਆ ਭਗਵੰਤ ਮਾਨ ਪੰਜਾਬ ਦੇ ਮੰਤਰੀ ਆ ਮੈਂ ਕਹਿੰਦਾ ਸਵਾਦ ਆ ਗਿਆ ਇਸ ਟਾਈਮ ਜਿਹੜਾ ਕੋਈ ਸਾਡਾ ਬਿਜਲੀ ਮੰਤਰੀ ਆ ਉਹਨੂੰ ਕਹਿੰਨੇ ਆ ਕਿ ਜੇਕਰ ਕੋਲੇ ਦੀ ਕੋਈ ਕਮੀ ਸੀ ਤਾ ਤੁਹਾਡੇ ਭਗਵੰਤ ਮਾਨ ਨੇ ਤੁਹਾਡੇ ਮੁੱਖ ਮੰਤਰੀ ਨੇ ਹੈ ਤਾਂ ਸਾਡਾ ਵੀ ਇਹੇ ਪਰ ਬੰਦਾ ਨਹੀਂ ਲੋਕਾਂ ਦਾ ਕੀ ਕਰੀ ਇੱਕ ਤਾਂ ਗੱਲ ਸਮਝ ਨਹੀਂ ਨਾ ਆਉਂਦੀ ਇਸੇ ਮੁੱਖ ਮੰਤਰੀ ਨੇ ਕਰੋੜਾਂ ਰੁਪਈਆ ਦੇ ਬੈਨਰ ਲਵਾ ਕੇ ਛੜਕਾਂ ਤੇ ਉਹ ਦੁੱਧ ਦਿੰਦੇ ਆ ਹੁਣ ਮੈਂ ਅੱਜ ਬੋਰ ਗਿਆ ਸੀ ਉੱਥੇ ਦਾ ਯੋਗਾ ਵਾਲੇ ਲੱਗੇ ਪਏ ਬੈਨਰ ਜੇ ਯੋਗਾ ਕਰੋ ਹੁਣ ਜਾ ਕੇ ਅਸੀਂ ਬਹਿ ਜਾਂਦੇ ਆ ਮੈਂ ਹੁਣੇ ਇੱਥੇ ਯੋਗਾ ਕਰਦਾ ਮੈਂ ਤੁਸੀ ਦੱਸਿਆ ਜੇ ਵੀ ਭਾਈ ਮੇਰੇ ਮੱਛਰ ਲੜੂਗਾ ਕਿ ਨਹੀਂ ਲੜਦਾ ਮੈਂ ਹੁਣੇ ਯੋਗਾ ਕਰਨ ਦਾ ਪੈਣਾ ਇੱਥੇ ਲੈ ਮੈਂ ਕਰਦਾ ਦੁਪਹਿਰਾਂ ਨੂੰ ਤਾਂ ਮੇਰੇ ਖਾਈ ਜਾਂਦਾ ਮੱਛਰ ਦੱਸੋ ਅਸੀਂ ਕਿੱਧਰ ਜਾ ਕੇ ਹੁਣ ਯੋਗਾ ਕਰ ਲਈਏ ਮੱਛਰ 'ਚ ਬਹਿ ਕੇ ਯੋਗਾ ਕਰ ਗਏ ਹੁਣ ਅਸੀਂ ਜਾਂ ਤੁਹਾਡੇ ਉਹ ਬੈਨਰਾਂ ਕੋਲ ਜਾਈਏ ਜਿਹੜੇ ਬੈਨਰ ਲੱਗੇ ਪਏ ਆ ਤੁਹਾਡੇ ਕਰੋੜਾਂ ਰੁਪਈਆ ਦੇ ਉਹ ਹਵਾ ਦੇਣਗੇ ਲੋਕਾਂ ਨੂੰ ਕਾਗਜ਼ਾਂ ਤੇ ਤੁਸੀਂ ਪੈਸਾ ਬਰਬਾਦ ਕਰਤਾ ਤੇ ਗੱਲਾਂ ਕਰਦੇ ਹੁੰਦੇ ਸੀ ਬਾਦਲਾਂ ਦੀਆਂ ਕਿ ਉਹਨਾਂ ਦੀਆਂ ਪਤੀਲੀਆਂ ਤੇ ਫੋਟੋ ਆ ਜਾਣੀਆਂ ਉਹਨਾਂ ਦੀ ਫਲਾਣੇ ਥਾਂ ਤੇ ਫੋਟੋ ਆ ਜਾਣੀਆਂ ਤੇ ਐ ਹੋ ਜਾਣਾ ਤੇਰੀਆਂ ਫੋਟੋ ਲਫਾਫਿਆਂ ਤੇ ਤੁਰੀਆਂ ਫਿਰਦੀਆਂ ਤੂੰ ਅਸੀਂ ਕਿਸੇ ਨੂੰ ਕੀ ਰਾਏ ਦੇਵੋਗੇ ਭਾਈ ਸਾਹਿਬ ਇਸ ਟਾਈਮ ਪੰਜਾਬ ਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਕਿ ਭਲੇਉ ਮਾਨਸੋ ਤੁਹਾਡਾ ਤਾਂ ਹਾਲ ਨਾ ਪਤੋ ਜਿਹੜਾ ਬਾਬੇ ਬਤੋਈ ਵਾਲਾ ਹੋ ਗਿਆ ਆਖੇ ਕਿਸੇ ਵਿਅਕਤੀ ਦਾ ਵਿਆਹ ਨਹੀਂ ਹੁੰਦਾ ਸੀ ਤੇ ਉਹਨੂੰ ਕਿਸੇ ਨੇ ਦੱਸਤਾ ਕਿ ਐਂ ਕਰ ਬੱਲਿਆ ਤੂੰ ਜਾ ਕੇ ਬਾਬੇ ਬਤੋਈ ਦੀ ਜਗ੍ਹਾ ਤੇ ਨਾ ਤੇਲ ਤੂਲ ਪਾ ਕੇ ਆਇਆ ਕਰ ਕੱਚੀ ਲੱਸੀ ਪਾ ਕੇ ਆਇਆ ਕਰ ਉਹਨੇ 10 ਦਿਨ ਕੱਚੀ ਲੱਸੀ ਪਾਈ ਤਾਂ 11ਵਾਂ ਦਿਨ ਚੱਲਿਆ ਸੀ ਅਰੇ ਅੱਧ ਵਾਰਤ ਸੀਗਾ ਤੇ ਪਿੱਛੋਂ ਕਿਸੇ ਨੇ ਆਵਾਜ਼ ਮਾਰਦੀ ਕਹਿੰਦਾ ਪੰਜਾਬ ਸਿੰਘ ਆ ਕਹਿੰਦਾ ਹਾਂਜੀ ਕਹਿੰਦਾ ਉਰੇ ਆ ਕਹਿੰਦਾ ਕੀ ਗੱਲ ਹੋ ਗਈ ਜੀ ਕਹਿੰਦਾ ਯਾਰ ਬੜਾ ਮਾੜਾ ਆਇਆ ਕਹਿੰਦਾ ਕੀ ਹੋ ਗਿਆ ਦੱਸ ਤਾਂ ਸਹੀ ਪੰਜਾਬ ਨੂੰ ਕਹਿੰਦਾ ਪੰਜਾਬ ਕਹਿੰਦਾ ਦੱਸ ਤਾਂ ਸਹੀ ਯਾਰ ਕਹਿੰਦਾ ਦੱਸਦਾ ਯਾਰ ਪੰਜਾਬ ਸਿੰਘ ਥੋੜਾ ਸਬਰ ਤਾਂ ਕਰ ਪੰਜਾਬ ਦੇ ਲੋਕਾਂ ਨੂੰ ਦੱਸਦੇ ਯਾਰ ਹੁਣ ਤਾਂ ਬਹੁਤ ਚਿਰ ਹੋ ਗਿਆ ਕਹਿੰਦਾ ਵੀ ਕਾਕਾ ਤੇਰੀ ਮਾਤਾ ਪੂਰੀ ਹੋ ਗਈ ਤੇ ਪੰਜਾਬ ਹੱਥ ਜੋੜ ਖੜਦਾ ਵਾਹ ਬਾਬਾ ਬਤੋਈ ਸਾਨੂੰ ਤਾਂ ਕੀ ਦੇਣੀ ਸੀ ਸਾਡੇ ਭਾਪੇ ਵਾਲੀ ਵੀ ਖੋਈ ਤੇ ਉਹੀ ਗੱਲ ਇਹਦੀ ਹੋ ਗਈ ਵੀ ਅੱਗੇ ਬਾਗਲਾਂ ਨੂੰ ਇਹਨੇ ਕਹਿ ਦੇਣਾ ਆ ਉਹ ਤੇ ਇਸ ਟਾਈਮ ਤੋਂ ਬਾਬਾ ਬਤੋਈ ਸਾਹਿਬ ਸਾਡੇ ਭਗਵੰਤ ਮਾਨ ਜੀ ਨੇ ਲਾਈਟ ਜਿਹੜੀ ਕੋਈ ਆਉਂਦੀ ਸੀ ਕੋਈ ਅੱਗੇ ਮੇਰੇ ਹਿਸਾਬ ਨਾਲ ਕੋਈ ਘੰਟੇ ਦਾ ਕੱਟ ਲੱਗਦਾ ਸੀ ਤੇ ਉਹ ਵੀ ਖੋਤੀ ਆ 2 2:00 ਵਜੇ ਤੱਕ ਰਾਤ ਨੂੰ ਕੱਟ ਯਾਰ ਕਿਸੇ ਦਾ ਦੇਣਾ ਕੀ ਆ ਮੱਛਰ ਖਾਈ ਜਾਂਦਾ ਭਰਾਵਾ ਸਾਨੂੰ ਮੈਨੂੰ ਤੂੰ ਦੱਸਤਾ ਦਿਓ ਤੁਸੀਂ ਪਰ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਗੱਲਾਂ ਦੇ ਬਹੁਤ ਕੜਾ ਤਗੜੇ ਬਣਾਏ ਆ ਅੱਜ ਕੱਲ ਬੀਬਾ ਅਨਮੋਲ ਗਗਨ ਮਾਨ ਜੀ ਆ ਲੋਪ ਹੋ ਚੁੱਕੇ ਆ 50 ਮਿੰਟਾਂ ਚ ਐਮਐਸਪੀ ਚੁਟਕੀ ਨੂੰ ਪਤਾ ਨਹੀਂ ਕਿਹੜਾ ਕੈਮੀਕਲ ਲਾ ਕੇ ਆਏ ਸੀ ਉਦੋਂ 5 ਮਿੰਟਾਂ ਚ ਐਮਐਸਪੀ 5 ਮਿੰਟਾਂ ਚ ਐਮਐਸਪੀ ਹੁਣ ਪਤਾ ਨਹੀਂ ਕਿਹੜਾ ਕੈਮੀਕਲ ਲੱਗ ਗਿਆ ਉਹਨਾਂ ਦੀ ਚੁਟਕੀ ਨੂੰ ਤਾਂ ਬੜਾ ਣੇ ਚੱਲੇ ਕਹਿੰਦਾ ਜਿਵੇਂ ਬਾਕੀ ਜਿਹੜੀ ਹਾਲ ਕਹਿੰਦਾ ਛੱਡੀ ਆ ਉਹ ਜਿਵੇਂ ਛੱਡੀ ਤੇ ਗੱਪ ਛੜ ਛੜ ਕੇ ਗੱਪ ਤੁਸੀਂ ਸਰਕਾਰ ਬਣਾ ਲਈ ਜਿੰਨੇ ਤੁਹਾਡੇ ਮੰਤਰੀ ਸੀ ਬੋਲ ਬੁਲਾਰੇ ਕਰਨ ਵਾਲੇ ਅੱਜ ਕੱਲ ਸਾਰੇ ਹੀ ਸਾਨੂੰ ਕੋਈ ਦਿਂਦੇ ਨਹੀਂ ਪਤਾ ਨਹੀਂ ਕਿੱਥੇ ਫਿਰਦੇ ਕਿੱਥੇ ਨਹੀਂ ਫਿਰਦੇ ਪਤਾ ਨਹੀਂ ਗਵਾਚ ਗਏ ਹੁਣ ਐ ਪਤਾ ਨਹੀਂ ਕਿਉਂ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਆ ਜ਼ੀਰੋ ਬਿਜਲੀ ਬਿੱਲ ਤੇ ਬੈਨ ਇਹ ਬਈਨ ਲਾਓ ਵੀ ਸਾਡੇ ਮੰਤਰੀ ਲੱਭ ਕੇ ਲਿਆਓ ਤੇ ਅਸੀਂ ਫਿਰ ਲੱਭ ਕੇ ਲਿਆ ਕੇ ਕੋਈ ਨਾਮ-ਸ਼ਨਾਮ ਰੱਖੋ ਜੇ ਇੱਕ ਨਵੈਟਰ ਤੇ ਦੋ ਪੱਖੇ ਫਿਰ ਤੋਂ ਮੈਂ ਕਹਿ ਰਿਹਾ ਤੁਸੀਂ ਨਾਮ ਰੱਖਣਾ ਇੱਕ ਨਵੈਟਰ ਤੇ ਦੋ ਪੱਖੇ ਕੇਸਰੀਆ ਕਹਿੰਦਾ ਸੀ ਦਿੱਲੀ ਮੇ ਤੋਂ ਨਵੈਟਰ ਨਹੀਂ ਵਿਕਤੇ ਹਨ ਤੇ ਇੱਥੇ ਆ ਪਿੰਡਾਂ ਵਾਲੇ ਜਿਹੜੇ ਚੌਧਰਾ ਜਮਾਉਣ ਵਾਲੇ ਲੋਕ ਸੀ ਨੱਕ ਡੋਬ ਕੇ ਮਰ ਜੋ ਬੱਲਿਓ ਤੁਸੀਂ ਲੋਕਾਂ ਨੂੰ ਡੋਬ ਕੇ ਰੱਖਤਾ ਤੁਸੀਂ ਉਦੋਂ ਆਖੇ ਆਜੋ ਜੀ ਆਜੋ 300 ਯੂਨਿਟ ਫ੍ਰੀ ਆ ਲੋਕ ਵੇਖੀ ਜਾਂਦੇ ਪਿੰਡਾਂ ਦੇ ਲੀਡਰ ਆ ਇਧਰ ਝਾਤੀ ਮਾਰ ਬੇੜਾ ਗਰਕ ਕਰਕੇ ਰੱਖ ਦਿੰਨੇ ਤੁਸੀਂ ਲੋਕਾਂ ਦਾ ਜਿੰਨਾ ਚਿਰ ਇਹ ਪਿੰਡਾਂ ਤੋਂ ਨਿਕਲਣ ਵਾਲੇ ਲੀਡਰਾਂ ਨੂੰ ਡੰਡ ਨਹੀਂ ਨਾ ਦਿੰਦੇ ਲੋਕਾਂ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ ਭਾਈ ਜਿਹੜਾ ਤੁਸੀਂ ਮਰਜ਼ੀ ਚੁਣੋ ਪਰ ਜਿਹੜੀ ਵੀ ਪਾਰਟੀ ਦਾ ਲੀਡਰ ਪਿੰਡ ਦਾ ਜਿਹੜਾ ਲੀਡਰ ਤੁਹਾਡੇ ਸਾਹਮਣੇ ਆਉਂਦਾ ਜਿੰਨਾ ਚਿਰ ਤੁਸੀਂ ਇਹਨਾਂ ਦਾ ਕੋਈ ਮੈਂ ਕਹਿੰਦਾ ਡੰਡ ਕੋਈ ਇਹਨਾਂ ਨੂੰ ਚੰਗਾ ਜਾਂ ਨਹੀਂ ਲਾਉਂਦੇ ਉਹਨਾਂ ਚਾਰ ਪਿੰਡਾਂ ਦੇ ਵਿੱਚੋਂ ਲੀਡਰ ਉੱਠਦੇ ਰਹਿਣਗੇ ਲੀਡਰ ਉੱਠਣ ਪਰ ਪੰਜਾਬ ਦਾ ਕੋਈ ਸਵਾਰਨ ਪਿੰਡਾਂ ਦਾ ਕੋਈ ਸਵਾਰਨ ਪਰ ਇਹ ਤਾਂ ਭਰਾਵਾ ਆਪ ਦੇ ਚੌਧਰਾਂ ਵਾਸਤੇ ਖੜੇ ਹੋ ਜਾਂਦੇ ਆ ਹੋ ਸਕਦਾ ਮੱਛਰ ਤੁਹਾਨੂੰ ਦਿਸਦਾ ਫਿਰਦਾ ਹੋਵੇ ਉਧਰੋਂ ਪੈਰ ਖਾਈ ਜਾਂਦਾ ਤੇ ਮੈਂ ਕਹਿੰਦਾ ਜਦੋਂ ਇੱਥੇ ਅਸੀਂ ਵੀਡੀਓ ਬਣਾ ਕੇ हट ਗਏ ਸਾਰੇ ਪਿੰਡੇ ਨੂੰ ਖਾਨ ਲੱਗ ਜਾਣਾ ਪਤਾ ਨਹੀਂ ਆਮ ਪਾਰਟੀ ਨਾਲੋਂ ਭੈੜਾ ਮੱਛਰ ਹੋਇਆ ਪਿਆ ਪਤਾ ਨਹੀਂ ਐਕਟੀ ਫੌਜੀ ਇਹਨਾਂ ਨੇ ਇਕੱਠੀ ਕਰਕੇ ਲਿਆਦੀ ਮੱਛਰਾਂ ਵਾਲੀ ਚਲੋ ਬਈ ਲੋਕਾਂ ਨੂੰ ਡੰਡ ਲਾ ਕੇ ਆਓ ਮੇਰੀ ਹੱਥ ਬੰਨ ਕੇ ਬੇਨਤੀ ਆ ਬੀਬਾ ਅਨਮੋਲ ਗਗਨ ਮਾਨ ਜੀ ਨੂੰ ਜੇਕਰ ਮੇਰੀ ਗੱਲ ਪ ਭਗਵੰਤ ਮਾਨ ਨੂੰ ਅੱਖ ਮਾੜਾ ਮੋਟਾ ਲੈਟ ਰੂਟ ਛਡਾ ਦੇ ਕਰੇ 80 ਕਰੋੜ ਰੁਪਈਆ ਦੇ ਬੈਨਰ ਲਵਾ ਕੇ ਕੋਲਾ ਪੂਰਾ ਕਰ ਦਿੰਦਾ ਅਸੀਂ ਮਰ ਗਏ ਸਾਡੇ ਪੱਲੇ ਕੱਖ ਨਹੀਂ ਵੱਜਦਾ ਪੰਜਾਬ ਦੇ ਲੋਕ ਤਾਂ ਪੱਲੇ ਕੱਖ ਨਹੀਂ ਛੱਡਿਆ ਤੁਸੀਂ ਲੋਕਾਂ ਦੇ ਤੁਹਾਨੂੰ ਸਰਾਫ ਲੈ ਕੇ ਬੈਠਣਗੇ ਯਾਦ ਰੱਖੋ ਗੱਲ ਲੋਕਾਂ ਦੇ ਸਰਾਫ ਲੈ ਕੇ ਬੈਠਣੇ ਆ ਤੁਹਾਨੂੰ ਆ ਜਿਹੜੇ ਮੱਛਰ ਚ ਜਿਹੜੇ ਆਉਂਦੇ ਨਾ ਇਹ ਬਿਜਲੀ ਵਾਲਿਆਂ ਨੂੰ ਸਰਾਫ ਨਾ ਦਿਓ ਲੋਕੋ ਸਰਾਫ ਦੇਣੇ ਆ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਦਿਓ ਇਹਨਾਂ ਨੂੰ ਸਰਾਫ ਦਿਓ ਇਹਨਾਂ ਨੂੰ ਸਰਾਫ ਲੱਗਣੇ ਲੋਕਾਂ ਦੇ ਬੱਚਿਆਂ ਦੇ ਰੋਂਦੇ ਫਿਰਦੇ ਲੋਕਾਂ ਦੇ ਬੱਚੇ ਤੇ ਤੁਸੀਂ ਚੱਕ ਪਾਲੀ ਜਾਕਟ ਚਲੋ ਚੱਕੀ ਗੱਡੀ ਕਦੇ ਇੱਧਰ ਨੂੰ ਗਏ ਕਦੇ ਇੱਧਰ ਨੂੰ ਗਏ ਹੂੰ ਹੂੰ ਕਰਦੇ ਨਾਂਗੇ ਉੱਥੋਂ ਸਾਡੀ ਸਰਕਾਰ ਚੰਗੀ ਸਾਡੀ ਸਰਕਾਰ ਚੰਗੀ ਬਹੁਤ ਤੇਰੀ ਸਰਕਾਰ ਚੰਗੀ ਪਹਿਲੀ ਵਾਰੀ ਵੇਖਿਆ 11 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਕੱਟ ਪਹਿਲੀ ਵਾਰੀ ਵੇਖਿਆ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੱਟ ਘੰਟਾ ਲੋਕਾਂ ਨੂੰ ਲੈਡ ਛੱਡਦੇ ਆ ਲੋਕ ਤਾਂ ਭਰਾਵਾ ਤੁਹਾਡੇ ਨਾਲ ਮੂੰਹ ਵੱਲ ਵੇਖ ਕੇ ਤੁਹਾਡੇ ਲਾਰਿਆਂ ਚ ਆਗੇ ਮੈਂ ਕਹਿੰਦਾ ਯਾਰ ਨਾ ਟੱਲੀ ਵਾਲੇ ਬੱਜੇ ਤੁਸੀਂ ਤਾਂ ਕਦੇ ਤੁਹਾਨੂੰ ਟੱਲੀ ਵਾਲੇ ਬਾਬੇ ਦੀ ਕਹਾਣੀ ਸੁਣਾਉਂਗਾ ਮਰ ਟੱਲੀ ਵਾਲਾ ਹੁੰਦਾ ਸੀ ਕੋਈ ਤੁਹਾਨੂੰ ਉਹ ਦੱਸਾਂਗਾ ਕਿ ਟੱਲੀ ਵਾਲਾ ਹੁੰਦਾ ਕੌਣ ਸੀ ਤੇ ਭਾਈ ਤੁਸੀਂ ਤਾਂ ਉਹਦੇ ਨਾਲੋਂ ਵੀ ਟੱਪ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਪ੍ਰਮਾਤਮਾ ਭਗਵੰਤ ਮਾਨ ਦੇ ਵਿੱਚ ਵਸ ਉਹ ਲੈਟ ਵਾਲਿਆਂ ਨੂੰ ਫੋਨ ਕਰੇ ਤੇ ਕੱਟ ਲੱਗਣੇ ਬੰਦ ਹੋਣ ਤੇ ਔਰ ਪ੍ਰਮਾਤਮਾ ਭਗਵੰਤ ਮਾਨ ਦੇ ਵਿੱਚ ਵਸ ਜਿਹੜੇ ਕਰੋੜਾਂ ਰੁਪਈਆ ਦੇ ਬੈਨਰ ਲਾ ਰਿਹਾ ਸੱਚੇ ਬਾਦਸ਼ਾ ਉਹ ਬੈਨਰਾਂ ਦੇ ਥਾਂ ਤੇ ਕੋਲਾ ਪੂਰਾ ਕਰ ਦੇਵੇ ਅਸੀਂ ਗਰੀਬ ਲੋਕ ਹਰ ਦਿਨ ਅਸੀਂ ਵੇਖਦੇ ਹਾਂ ਕਿ ਲੈਡ ਜਾਵੜਦੀ ਆ ਅਸੀਂ ਭਗਵੰਤ ਮਾਨ ਦੇ ਮੂੰਹ ਵੱਲ ਵੇਖਦੇ ਫਿਰਦੇ ਆ ਲੋਕਾਂ ਨੇ ਪ੍ਰਮਾਤਮਾ ਜੀ 92 ਐਮਐਲਏ ਬਣਾਤੇ ਉਹਨਾਂ ਦੇ ਗਲਤੀ ਹੋ ਗਈ ਪਤਾ ਨਹੀਂ ਤੁਸੀਂ ਕਿਉਂ ਉਹਦੇ ਦਿਮਾਗ 'ਚ ਪਾਇੀ ਮੁੱਖ ਮੰਤਰੀ ਬਣ ਮੈਂ ਤੇਰੇ ਤੇ ਰਾਂ ਨਾ ਰੱਬਾ ਚਲੋ ਜੇ ਹੁਣ ਤੁਸੀਂ ਉਹਨੂੰ ਕਹਿ ਵੀ ਦਿੱਤਾ ਸੀ ਤਾਂ ਤੁਸੀਂ ਪ੍ਰਮਾਤਮਾ ਵਿੱਚ ਵਸ ਕੇ ਇਸ ਟਾਈਮ ਉਹਨਾਂ ਕੋਲ ਬਹੁਤ ਤਗੜੀ ਪੋਸਟ ਆ ਤੇ ਉਹ ਪੋਸਟ ਜਿਹੜਾ ਕਹ ਲੋ ਆਪ ਤੁਸੀਂ ਹੈਂਡਲ ਕਰੋ ਇਹ ਸਾਡੇ ਭਗਵੰਤ ਮਾਨ ਦੇ ਤਾਂ ਹੋ ਗਏ ਹੱਥ ਖੜੇ ਮੇਰੀ ਬੇਨਤੀ ਆ ਰੱਬ ਜੀ ਤੁਹਾਡੇ ਅੱਗੇ ਹੁਣ ਭਰਾਵਾ ਹੋਰ ਨਹੀਂ ਸਾਡੀ ਕਿਸੇ ਨੇ ਸੁਣੀ ਤੂੰ ਹੀ ਸੁਣ ਲੈ 84 ਲੱਖ ਜੂਨ ਭੁਗਤ ਕੇ ਲੋਕ ਕਹਿੰਦੇ ਆ ਵੀ ਬੰਦਾ ਦੁਨੀਆ ਤੇ ਆਉਂਦਾ ਸਾਡੀ ਤਾਂ 84 ਲੱਖ ਤੇ ਜੂਨ ਭੁਗਤ ਕੇ ਆ ਜਾਮੇ ਚਾਹੇ ਤੇ ਭਗਵੰਤ ਮਾਨ ਅਰਗੇ ਬੰਦੇ ਵੇਖੇ ਜਿਹੜੇ ਲੇਟਾਂ ਦੇ ਜਿਨ੍ਹਾਂ ਨੇ ਕੱਟ ਲਾਏ ਤਾਂ ਧੰਨ ਤੇਰਾ ਮੱਛਰ ਜਿਹੜਾ ਕਟਕੜ ਲੋਕਾਂ ਦਾ ਮਾਸ ਖਾਈ ਜਾਂਦਾ ਬਿਮਾਰੀਆਂ ਲਵਾਈ ਜਾਂਦਾ ਲੋਕਾਂ ਕੋਲ ਤਾਂ ਇਸ ਟਾਈਮ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲ ਪੱਖੇ ਲਿਆਉਣ ਨੂੰ ਪੈਸੇ ਨਹੀਂ ਤੇ ਦਵਾਈਆਂ ਨੂੰ ਕਿੱਥੋਂ ਪੈਸੇ ਹੋਣਗੇ ਵਾਹਿਗੁਰੂ ਇਹ ਗਰੀਬਾਂ ਵੱਲ ਧਿਆਨ ਮਾਰ ਭਗਵੰਤ ਮਾਨ ਵੀ ਤੇਰਾ ਹੀ ਆ ਤੇ ਅਸੀਂ ਵੀ ਤੇਰੇ ਹੀ ਆ ਸਾਡੇ ਤੇ ਰਹਿਮ ਖਾ ਭਗਵਾਨ ਤਮਨ ਦੇ ਵਿੱਚ ਬਸ ਤੇ ਬਿਜਲੀ ਵਾਲਿਆਂ ਨੂੰ ਫੋਨ ਫਾਨ ਕਰੇ ਭਾਈ ਘੱਟ ਲੱਗਨੇ ਬੰਦ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ